ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਤੁਹਾਡਾ ਟਰੈਕਟਰ ਐਂਡ ਜੀਪ ਇਨਫੋਰਮੇਸ਼ਨ ਚੈਨਲ 'ਤੇ। ਹਾਂਜੀ, ਜੇ ਤੁਹਾਨੂੰ ਕੋਈ ਜੌਨ ਡੀਅਰ ਦੇ ਰਿਗਾਰਡਿੰਗ ਕੋਈ ਸਮਾਨ ਚਾਹੀਦਾ ਤਾਂ ਬਾਈ ਜੀ ਸਾਨੂੰ ਕਨੈਕਟ ਕਰ ਸਕਦਾ। 95-308-14,000 ਆ, ਸੱਤੂ ਰੱਖ ਲਿਆ ਆਪਾਂ ਦੁਕਾਨ 'ਤੇ, ਜਾਂ ਘੋੜਾ ਰੱਖ ਲਿਆ ਮੁੰਡਾ। ਅਤੇ ਬਾਈ ਜੀ ਤੁਹਾਨੂੰ ਕਿਸੇ ਵੀ ਸਮਾਨ ਦੀ ਲੋੜ ਹੈ ਜੌਨ ਡੀਅਰ ਦੀ ਤਾਂ ਸਾਨੂੰ ਦੱਸ ਸਕਦਾ ਜੀ। ਜਿਵੇਂ ਆ ਤੁਹਾਨੂੰ ਦਿਖਾ ਦਈਏ ਵੀ ਆਹ ਮੀਟਰ ਨੇ, ਜੌਨ ਡੀਅਰ ਦੇ ਮੀਟਰ ਪਏ ਨੇ ਜੀ। ਚੁੱਪ, ਜੌਨ ਡੀਅਰ ਦੇ ਮੀਟਰ। ਆਹ ਦੇਖੋ ਵਾਇਰਿੰਗ, ਉਹ ਅੱਗੇ ਲੈ ਜਾ ਉੱਥੇ ਵਾਇਰਿੰਗ। ਆਪਦੇ ਕੋਲ ਰੱਖ ਲਾ ਤੂੰ ਇਹਨੂੰ, ਇਹ ਖੋ ਨਾ ਜਾਵੇ ਸੱਤੂ। ਅਤੇ ਉਹ ਤੁਸੀਂ ਆਹ ਕਰੈਂਕ ਦੇਖ ਸਕਦੇ ਹੋ, ਅਤੇ ਆਹ ਪੰਪ ਦੇਖ ਸਕਦੇ ਹੋ, ਆਹ ਕੋਈ ਪੀਨੀਅਨ ਦੇਖ ਸਕਦੇ ਹੋ, ਫਰੰਟ ਵਾਲੀ ਜਾਲੀ ਦੇ ਨੀਚੇ ਲੱਗਦੇ ਹੁੰਦੇ ਨੇ, ਪਿਸਟਨ ਲੈ ਸਕਦੇ ਹੋ। ਉਹ ਦੇਖੋ ਸ਼ਾਫਟਾਂ, ਆਹ ਪਾਈਪਾਂ ਜੀ, ਅਤੇ ਆਹ ਕੋਈ ਵੀ ਗਰਾਰੀ। ਆਹ ਮੀਟਰ ਪਲੇਟਾਂ ਲੈ ਸਕਦੇ ਹੋ ਜੀ ਤੁਸੀਂ, ਅਤੇ ਆਹ ਏਅਰ ਆਪਣੇ ਉਹਦੇ ਵਾਲੇ ਹੋ ਗਏ, ਸਾਹ ਵਾਲੇ ਹੋ ਗਏ, ਉਹ ਮੀਟਰ ਪਲੇਟਾਂ ਜੀ। ਹੋਰ ਉਹ ਫਿਲਟਰ ਹੋ ਗਏ ਜੀ। ਅਤੇ ਜਿਵੇਂ ਆ ਵਾਇਰਿੰਗ ਹੋ ਗਈ ਟਰੈਕਟਰ ਦੀ, ਤੁਸੀਂ ਉਹ ਵਾਇਰਿੰਗ ਲੈ ਸਕਦੇ ਹੋ ਜਿੰਨੀ ਮਰਜ਼ੀ, ਦੇਖ ਸਕਦੇ ਹੋ ਤੁਸੀਂ ਕੋਈ ਜੇ ਵਾਇਰਿੰਗ ਤੁਹਾਨੂੰ ਚਾਹੀਦੀ ਆ ਤਾਂ ਬਾਈ ਜੀ ਕਨੈਕਟ ਕਰ ਸਕਦੇ ਹੋ। ਅਤੇ ਆ ਸ਼ੀਸ਼ੇ ਪਏ ਨੇ, ਅਤੇ ਉਹ ਫਿਲਟਰ ਪਏ ਨੇ ਜੀ। ਮਤਲਬ ਕਿ ਜੇ ਤੁਹਾਨੂੰ ਕੋਈ ਵੀ ਜੌਨ ਡੀਅਰ ਦੇ ਰਿਗਾਰਡਿੰਗ, ਇਹ ਜੌਨ ਡੀਅਰ ਦੇ ਰਿਕਾਰਡਿੰਗ ਕੋਈ ਵੀ ਸਮਾਨ ਚਾਹੀਦਾ ਤੁਹਾਨੂੰ, ਉਹ ਫਿਲਟਰ ਪਏ ਨੇ ਜੀ। ਠੀਕ ਆ, ਆਹ ਦੇਖੋ ਇਹ ਕਲੱਚ ਪਲੇਟਾਂ ਪਈਆਂ ਨੇ ਜੌਨ ਡੀਅਰ ਦੀਆਂ। ਅਤੇ ਆਹ ਜਿਵੇਂ ਆਹ ਆਪਣੀ ਬੋਡੀ ਹੋ ਗਈ, ਬਲਾਕ ਹੋ ਗਿਆ, ਆਹ ਨਵੇਂ ਇੰਜਣ ਪਏ ਨੇ ਜੀ। ਕੋਈ ਵੀ ਇੰਜਣ ਲੈਣਾ ਹੋਵੇ ਤੁਸੀਂ, ਆਹ ਰਿੰਬ, ਉਹ ਸੀਟਾਂ ਪਈਆਂ ਨੇ ਉੱਧਰ। ਅਤੇ ਇੱਧਰ ਦੇਖ ਸਕਦੇ ਹੋ ਤੁਸੀਂ ਆਹ ਸਮਾਨ, ਆਹ ਭਰਾ ਜੀ ਸਾਡੇ। ਹਾਂਜੀ ਸਰ, ਕੀ ਕਹਿਣਾ ਚਾਹੁੰਦੇ ਹੋ ਜੀ ਤੁਸੀਂ, ਠੀਕ ਹੋ ਜੀ? ਕੀ ਕਹੀਏ ਜੀ, ਦੱਸੋ ਜੀ ਸਰ। ਜੌਨ ਡੀਅਰ ਦਾ ਸਮਾਨ ਲੈ ਲਓ ਭਾਈ, ਜੇ ਲੈਣਾ ਕੋਈ ਕਿਸੇ ਨੇ। ਅਜੇ ਜੇ ਸੀ ਬੀ ਦੀਆਂ ਸੀਟਾਂ ਪਈਆਂ ਨੇ, ਜੇ ਸੀ ਬੀ ਦੀਆਂ ਸੀਟਾਂ ਆਈਆਂ ਹੋਈਆਂ ਨੇ ਲਾਲੀ। ਅਤੇ ਆ ਇੱਧਰ ਅਲਟੀਨੇਟਰ ਪਏ ਨੇ ਜੀ, ਉੱਧਰ ਕੋਈ ਵੀ ਸਟੀਕਰ ਲੈ ਲਓ। ਈਜ਼ੀ ਆਰ ਆ ਉਹ ਨਾ, ਜਿਹੜੇ ਸੀ ਐੱਨ ਜੀ ਟਰੈਕਟਰ ਆਉਂਦੇ ਨੇ ਆਪਣੇ, ਸੀ ਐੱਨ ਜੀ ਨਹੀਂ ਸੋਰੀ, ਆ ਜਿਹੜੇ ਆਪਣੇ ਸੀ ਆਰ ਡੀ ਆ ਗਏ। ਆ ਦੇਖੋ ਬੈਕ ਪਲੇਟਾਂ, ਆ ਪੰਪ ਹੋ ਗਏ ਜੀ, ਆ ਗੇਅਰ ਨੌਬ ਹੋ ਗਈ ਜੀ, ਆ ਸੁੱਚਾਂ ਹੋ ਗਈਆਂ, ਅਤੇ ਉੱਪਰ ਪੰਪ ਹੋਰ ਪਏ ਨੇ। ਆ ਬਾਕੀ ਬਾਈ ਸਮਾਨ ਲਿਆਈ ਜਾ ਰਿਹਾ ਹੈਗਾ, ਢੋ ਰਿਹਾ ਸਮਾਨ। ਅਤੇ ਆ ਰੇਡੀਏਟਰ ਪਏ ਨੇ ਜੀ ਜੌਨ ਡੀਅਰ ਦੇ। ਅਤੇ ਇੱਧਰ ਆਹ ਜਿਵੇਂ ਆਪਣੀ ਅਰਥ ਦੇ ਕਰੰਟ ਵਾਲੇ ਟਰਮੀਨਲ ਹੋ ਗਏ ਜੀ, ਮੀਟਰ ਹੋ ਗਏ। ਦੇਖੋ ਸਮਾਨ ਪਿਆ ਸਾਰਾ। ਆ ਇੰਟਰਕੂਲਰ ਹੋ ਗਿਆ ਜੀ ਜੌਨ ਡੀਅਰ ਦਾ, ਦੇਖੋ ਇੰਟਰਕੂਲਰ। ਉਹ ਰਿੰਬ ਪਏ ਨੇ ਫਰੰਟ ਵਾਲੇ ਜੀ, ਆ ਬੋਰੀਆਂ ਦੇ ਵਿੱਚ ਵੀ ਸਮਾਨ ਆ। ਆ ਦੇਖੋ ਪ੍ਰੈਸ਼ਰ ਸੇਵਿੰਗ ਵਾਲੀਆਂ ਪਾਈਪਾਂ, ਆ ਨਟ ਹੋ ਗਏ ਜੀ ਆਪਣੇ, ਜਿਹੜੇ ਆਪਾਂ ਨੀਚੇ ਨਟ ਨਹੀਂ ਪਾਉਂਦੇ ਹੁੰਦੇ, ਉਹਦੀਆਂ ਟਿੰਬਰੀਆਂ ਹੋ ਗਈਆਂ। ਆਲ ਜੌਨ ਡੀਅਰ ਦਾ ਸਪੇਅਰ ਪਾਰਟ ਆ। ਉਹ ਦੇਖੋ ਜਿਵੇਂ ਟਰਬੋ ਹੋ ਗਈ ਜੀ ਵੱਡੀ, ਆ ਇਹਦੇ ਵਿੱਚ ਵੀ ਸਮਾਨ ਪਿਆ ਸਾਰਾ। ਆ ਦੇਖੋ ਆਹ ਆਰਮੀ ਡੋਲ 'ਚ ਪੈਂਦਾ ਸਮਾਨ ਸਾਰਾ, ਸਪੇਅਰ ਸਾਰਾ ਸਪੇਅਰ ਪਾਰਟ ਲੈ ਸਕਦੇ ਜੀ ਤੁਸੀਂ। ਆ ਦੇਖੋ ਬਾਈ ਸਮਾਨ ਲਿਆ ਰਹੇ ਨੇ ਬੋਰੀਆਂ 'ਚ। ਕੋਈ ਵੀ ਸਮਾਨ ਜੇ ਜੌਨ ਡੀਅਰ ਦੇ ਰਿਗਾਰਡਿੰਗ ਤੁਹਾਨੂੰ, ਤਾਂ ਸ਼ੌਕਰ ਜਿਵੇਂ ਕਿਸੇ ਨੇ ਵੀ ਏ ਸੀ ਕੈਬਨ ਕਰਾਉਣਾ, ਆ ਦੇਖੋ ਸ਼ੌਕਰ ਸਾਰੇ ਏ ਸੀ ਕੈਬਨਾਂ ਦੇ ਸ਼ੌਕਰ ਲੱਗਦੇ ਨੇ।
ਅਤੇ ਆਹ ਸ਼ੋਅ ਦੇ ਫਰੰਟ 'ਤੇ ਲੱਗਦਾ ਗਾ, ਜਿਹੜੀਆਂ ਪੁਰਾਣੇ ਮਾਡਲ ਦੀਆਂ ਸ਼ੋਆਂ ਆਉਂਦੀਆਂ ਸੀਗੀਆਂ ਨਾ, ਜਿਹੜੀਆਂ ਸੋਰੀ ਨਵੇਂ ਮਾਡਲ ਦੀਆਂ ਸ਼ੋਆਂ ਆਉਂਦੀਆਂ ਨੇ ਹੁਣ, ਦਸ ਮਾਡਲ ਤੋਂ ਉੱਪਰ ਉੱਪਰ ਉਹਨਾਂ ਦੇ ਲੱਗਦਾ ਜੀ ਫਰੰਟ 'ਤੇ ਇਹ। ਅਤੇ ਆਹ ਦੇਖੋ ਫਿਊਜ ਪੁਆਇੰਟ ਆ ਗਏ, ਜਿਹੜੇ ਫਿਊਜ ਲੱਗਦੇ ਨੇ ਆਹ ਉੱਪਰ ਦੇਖ ਸਕਦੇ ਹੋ ਤੁਸੀਂ, ਉਹ ਸਲੈਂਸਰ ਪਿਆ ਜੀ ਵੱਡਾ। ਕੋਈ ਵੀ ਚੀਜ਼ ਜੌਂਡੀਅਰ ਦੇ ਰਿਕਾਰਡਿੰਗ ਤੁਹਾਨੂੰ ਚਾਹੀਦੀ ਹੈ ਜੀ ਇੱਥੋਂ ਮਿਲ ਜੂਗੀ। ਆਹ ਸ਼ੋਅ ਪਈ ਆ ਜੀ, ਸਾਰਾ ਸਮਾਨ ਮਿਲ ਸਕਦਾ ਜੀ। ਤੁਸੀਂ 95308-14000 'ਤੇ ਕਨੈਕਟ ਕਰ ਸਕਦੇ ਹੋ ਜੇ ਕੋਈ ਵੀ ਸਮਾਨ ਦੀ ਤੁਹਾਨੂੰ ਲੋੜ ਆ, 95308-14000। ਕੋਈ ਵੀ ਸਮਾਨ ਦੇ ਰਿਗਾਰਡਿੰਗ ਤੁਹਾਨੂੰ ਦਿਖਾਉਣੇ, ਕੋਈ ਵੀ ਚੀਜ਼ ਚਾਹੀਦੀ ਆ ਸਾਡੇ ਨਾਲ ਕਨੈਕਟ ਕਰ ਸਕਦੇ ਹੋ ਜੀ ਤੁਸੀਂ।